चक 353 जीम्बे मैदियाबाद के वसनीक जनाब मैर गुलाम रसूल साहब शुरू तो इस पिंड के बशिंदे सन। इन्हां दी अल पई होई है पिपल वाले अराई। इन्हां नू पिपल वाले अराई क्यों कहा जाता है ये तुहानू साडी वीडियो वेख के पता लगेगा। बिस्मिल्लाहिर्रहमानिर्रहीम अस्सलामु अलैकुम। मेरा नाम जे मुहम्मद नदीम ते तुसी वेख रहे हो तुहाडा अपना चैनल नदीम विरसा विलॉग्स। अज असी तुहानू लैके आए हाँ पंजाब दे जिस पिंड दे विच उहदा नाम हैगा वा चक 353 जीम्बे मैदियाबाद। इत्थे सानू पता लगा है कि पिपल दा बहुत पुराना पेड़ मौजूद आ जिहड़ा कि हिंदुआं दा मुकद्दस दरख्त है। इहदे असी तां इहदे बारे विच असी तुहानू जानकारी देवांगे ते तुसी साढ़े नाल नाल रहो। इत्थे साढ़े ये हुण जिहड़े बजुर्गां दी मलकीयत है जिहड़ी जगह उहनां दे नाल असीं तुहानू मुलाकात कराने आ ते उह इहदे बारे विच सानू पूरी पूरी जानकारी देणगे। अस्सलामु अलैकुम बाबा जी। वालेकुम सलाम। ये बाबे पिपल दे बारे विच दसो ये किन्ना क पुराना दरख्त है? ये कम से कम 35-36 साल ही हुआ तो पहला। अच्छा, यानी जो वंड पई आ ये ना इथो उदो 35-36 साल दा। अच्छा, उदो 35-36 साल दा ही हुण वेख लो किथे कपड़े। अच्छा, जो यानी कि वंड पई आ उदो की किदा दा इथे हिसाब खराब हुंदा सी? बड़ा छां सी जी बड़ी इथे। अच्छा, इथे खतरियां हुंदियां है सारा खतरियां दा यात्रा सी। अच्छा, ते मुकद्दे जिहड़ी मस्जिद ना सिर्फ मस्जिद कच्ची जी सी ते खतरियां दा यात्रा सी। अच्छा, दीवान चिमन लाल दी जीवी सी 13 मरबे। अच्छा, दीवान चिमन लाल दी चिमन लाल दी 13 मरबे जी। अच्छा, चौथा हिस्सा पिंड दा इन मिलया सी। अच्छा, बड़ी गल है जी। ਮਤਲਬ ਵਾਹਵਾ ਇਹਦਾ ਮਤਲਬ ਕਿ ਦੀਵਾਨ ਚਮਨ ਲਾਲ ਵਾਹਵਾ ਯਾਨੀ ਕਿ ਅਮੀਰਦਾਰ ਬੰਦਾ ਸੀ। ਵਾਹਵਾ ਅਮੀਰ ਬੰਦਾ ਸੀਗਾ ਹੈ ਨਾ, ਨਹਿਰਾਂ ਦਾ ਮਾਲਕ ਸੀ ਉਹ। ਅੱਛਾ, ਵੱਡਾ ਵੱਡਾ ਮੈਦੀ ਸ਼ਾਹ ਸਾਹਿਬ ਮੈਦੀ ਸ਼ਾਹ ਦਾ ਪਿੰਡ ਤੇ ਉਹਦੇ 21 ਮਰਬੇ ਸਨ ਇੱਥੇ। ਅੱਛਾ, ਫਿਰ ਕੋਈ ਦੂਜੇ ਨਿੱਕੇ ਨਿੱਕੇ ਚੌਂ ਮਰਬਿਆਂ ਤਿੰਨਾਂ ਤਿੰਨਾਂ ਮਰਬਿਆਂ ਦੇ ਬੰਦੇ ਸਨ ਇੱਥੇ। ਅੱਛਾ, ਤੇ ਇਹ ਜਿਹੜਾ ਪਿੱਪਲ ਆ ਇਹਦੇ ਆਲੇ ਦੁਆਲੇ ਕੀ ਬਾਗ ਬੂਗ ਹੁੰਦਾ ਸੀ? ਇਹ ਬਾਗ ਸੀ, ਸ਼ੂ ਬੇੜੀਆਂ ਲੱਗੀਆਂ ਸੀ, ਲੋਕ ਵੇਚਦੇ ਸੀ। ਅੱਛਾ, ਇੱਧਰ ਥੋੜ੍ਹਾ ਜਿਹਾ ਕਰਕੇ ਨਾ ਇੱਧਰ ਦੱਸੋ। ਇਹਦਾ ਸ਼ੂ ਬੇੜੀਆਂ ਲਿਖ ਰਹੀਆਂ ਇੱਥੇ। ਅੱਛਾ, ਮਾਲਟੇ ਵੀ ਲੱਗੇ ਸਨ, ਦੂਜੇ ਵੀ ਲੱਗੇ ਸਨ ਬਾਲ। ਅੱਛਾ, ਮਾਲਟੇ ਦਾ ਬੂਟਾ ਸੀ ਜਾਂ ਉਹ ਦੇਸੀ ਸੰਤਰਾ ਹੁੰਦਾ ਸੀ, ਇਹ ਕਿੰਨੋ ਛਿੰਨੋ ਇਹ ਨਹੀਂ ਸੰਗੋ। ਅੱਛਾ, ਸੰਤਰੇ ਜਿਹੜੇ ਹੁੰਦੇ ਸੀ? ਹਾਂ ਸੰਤਰੇ, ਉਹ ਜਦੋਂ ਛੇਤੀ ਛੇਤੀ ਛਿਲਕਾ ਲਾ ਜਾਂਦਾ, ਛਿਲਕਾ ਉੱਤੇ ਉਹ ਮੋਟਾ ਹੁੰਦਾ, ਉਹ ਦੇਸੀ ਸੰਤਰਾ ਹੁੰਦਾ। ਅਤੇ ਉਹ ਹਿੰਦੂ ਇਹ ਦਰਖਤ ਨੂੰ ਕੀ ਕਰਦੇ ਹੁੰਦੇ ਸਨ? ਦਰਖਤ ਨੂੰ ਕੀ ਵੀ ਇਹ ਪੂਜਾ ਕਰਦੇ ਹੀ ਹੋਰੇ ਕੀ ਉਹ ਪੜ੍ਹਦੇ ਹੁੰਦੇ ਗਾਏ ਇਹ। ਅੱਛਾ, ਪਿੱਪਲ ਦੀ ਅਤੇ ਜੰਡੀ ਦੀ ਬੜੀ ਪੂਜਾ ਕਰਦੇ। ਹਾਂ, ਪਿੱਪਲ ਯਾਨੀ ਕਿ ਬੜਾ ਮੁਕੱਦਸ ਮੰਨਦੇ ਇਹਨੂੰ, ਮੰਨਦੇ ਸਨ ਜੰਡੀ ਨੂੰ ਬੜਾ ਮੁਕੱਦਸ ਮੰਨਦੇ ਸਨ। ਅੱਛਾ, ਤੇ ਉਹ ਇੱਥੇ ਖਤਰਾਣੀਆਂ ਵੀ ਆਉਂਦੀਆਂ ਹੁੰਦੀਆਂ ਸਨ? ਖਤਰਾਣੀਆਂ ਇੱਥੇ ਬਿਮਾਰ ਆ, ਵਾਹੀ ਕਰਨ ਵਾਲੇ ਖੱਤਰੀ ਜਿਹੜੇ ਸਨ, ਵਾਹੀਆਂ ਕਰਨ ਵਾਲੇ ਉਹ ਜੋ ਇੱਥੇ ਰਹਿੰਦੀਆਂ ਦੁਕਾਨਾਂ ਪਾ ਕੇ ਬੈਠੇ ਸਨ, ਵਿਸਾਖੀ ਖੱਤਰੀ, ਲੱਡੂ ਖੱਤਰੀ, ਚਲੋਕਾ ਖੱਤਰੀ, ਠੀਕ ਹੈ ਕਿ ਨਹੀਂ? ਇਹ ਖੱਤਰੀ ਸਨ, ਲੱਡੂ, ਚਲੋਕਾ, ਵਿਸਾਖੀ, ਇਹ ਖੱਤਰੀ ਇੱਥੇ ਹੁੰਦੇ ਸਨ ਜਿਹੜੇ ਲੋਕਾਂ ਮਾਰਿਆ ਲੋਕਾਂ ਨੂੰ ਉਵੇਂ ਰਾਸ਼ਨ ਦੇ ਜਾਂਦੇ ਸਨ ਅਤੇ ਸੂਟ ਲਾਉਂਦੇ, ਉਹ ਸੂਟ ਲਾਉਂਦੇ ਸਨ। ਅੱਛਾ, ਅੱਜ ਇੱਥੋਂ ਹੀ ਦੇਸ਼ ਨੇ ਸੌਦੇ ਨਾਲੇ ਲੋਕਾਂ ਦੇ ਵਿਆਹ ਸ਼ਾਦੀ ਉਹ ਸੌਦਾ ਦੇ ਛੱਡੇ, ਉਦੋਂ ਦੇਸੀ ਘਿਓ ਆਮ ਹੁੰਦਾ ਸੀ। ਅੱਛਾ, ਅਤੇ ਇਹ ਦਰਖਤ ਦੇ ਆਲੇ ਦੁਆਲੇ ਧਾਗੇ ਧੁਗੇ ਕਿਸ ਤਰ੍ਹਾਂ ਵਲਦੀਆਂ ਨੇ? ਵਲਦੇ ਬਸ ਦੁਆਏ ਦੇ ਚੱਕਰ ਲੈਣੇ, ਦੁਆਏ ਦਾ ਚੱਕਰ। ਅੱਛਾ, ਅਤੇ ਨਾਲ ਨਾਲ ਧਾਗੇ ਵਲੀ ਜਾਣੇ, ਧਾਗੇ ਵਲੀ ਜਾਣੇ, ਚੱਕਰ ਲੈਣੇ, ਯਾਨੀ ਉਹਨਾਂ ਦੀ ਕੋਈ ਮਜ਼ਹਬੀ ਰਸਮ ਹੋਏਗੀ ਨਾ? ਮਜ਼ਹਬੀ ਰਸਮ ਸੀ, ਜੰਡੀ ਦੀ ਪਿੱਪਲ ਦੀ ਜੰਡੀ ਰਸਮ। ਅੱਛਾ, ਉਦੋਂ ਇਹ ਵਾਹਵਾ ਮਤਲਬ ਭਰਵਾਂ ਦਰਖਤ ਹੋਣਾ ਵਾ? ਮਾਂ ਕੀ ਆ ਸਾਰੇ ਵਿਹੜੇ 'ਚ ਸਾਂ ਸੀ, ਜਦੋਂ ਅਸੀਂ ਆ ਮਕਾਨ ਪਾਏ ਨਾ ਮੱਲੇ ਨੇ ਥਾਂ, ਹਾਂਜੀ, ਉਦੋਂ ਇਹ ਜੋ ਚਾਹ ਚਾਹ ਤੇ ਵੱਢ ਛੜੇ ਲੈ ਵੇਖੀ ਵੱਡੇ ਟਾਣੇ। ਆਹੋ, ਟਾਣੇ ਵੱਡੇ ਨੇ ਹੁਣ, ਵੱਡੇ ਦੇ ਪਰਲੇ ਪਾਸਿਓਂ ਵੱਡੇ, ਇਹ ਤੇ ਕੰਮ ਸੋ ਕਨਾਲ 'ਚ ਥਾਂ ਸੀ। ਅੱਛਾ, ਇਹ ਗਰਮੀਆਂ 'ਚ ਸਗੋਂ ਲੋਕ ਬਾਹਰ ਲਿਆ ਕੇ ਆਏ ਵੀ ਇੱਥੇ ਆ ਕੇ ਥੱਲੇ ਬਹਿੰਦੇ ਸੀ। ਅੱਛਾ, ਇੱਥੇ ਅਸਾਂ ਬੂਹਾ ਲਾਇਆ ਹੁੰਦਾ ਸੀ, ਉੱਥੇ ਆਸ ਪਾਸੇ ਪਾਏ ਸਨ, ਉਸ ਪਾਸੇ ਪਾਏ ਸਨ, ਅਤੇ ਇਹ ਕੰਧ ਜੋ ਸੀ ਕੰਧ ਹੁੰਦੀ ਸੀ। ਅੱਛਾ, ਇੱਥੇ ਆਣ ਕੇ ਦੁਪਹਿਰ ਨੂੰ ਛਾਵੇਂ, ਯਾਨੀ ਕਿ ਐਡਾ ਵੱਡਾ ਦਰਖਤ ਹੁੰਦਾ ਸੀ ਕਿ ਪਿੰਡ ਦੇ ਸਾਰੇ ਲੋਕ ਇੱਥੇ ਇਕੱਠੇ ਹੋ ਕੇ ਬਹਿ ਜਾਂਦੇ ਹੁੰਦੇ ਸੀ। ਅੱਛਾ, ਇਸ ਤਰ੍ਹਾਂ ਦੀਆਂ ਜਿਹੜੀਆਂ ਜਗ੍ਹਾ ਹੁੰਦੀਆਂ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਅਸਥਾਨ ਹੁੰਦੇ ਨੇ, ਇਹ ਆਪਣੇ ਆਪ ਦੇ ਵਿੱਚ ਬੜੇ ਪਵਿੱਤਰ ਹੁੰਦੇ ਨੇ ਅਤੇ ਬੜੇ ਮੁਕੱਦਸ ਮੰਨੇ ਜਾਂਦੇ ਨੇ। ਇਹ ਹਿੰਦੂਆਂ ਦਾ ਇੱਕ ਮੁਕੱਦਸ ਦਰਖਤ ਆ, ਇਹਦਾ ਅਸੀਂ ਵੀ ਅਦਬੋ ਇਹਤਰਾਮ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਆਪਣੀਆਂ ਜੁੱਤੀਆਂ ਲਾਵਾਂਗੇ, ਫਿਰ ਉਸ ਤੋਂ ਬਾਅਦ ਅਸੀਂ ਇਸ ਦਰਖਤ ਦੇ ਕਰੀਬ ਜਾਵਾਂਗੇ।
ਇਹ ਦੇਖੋ ਕਿੱਡਾ ਮੋਟਾ ਤਨਾ ਇਹਦਾ। ਬਹੁਤ ਸਾਰੇ ਦੇ ਬਾਬਾ ਜੀ ਨੇ ਸਾਨੂੰ ਦੱਸਿਆ ਦੇ ਕੱਟ ਦਿੱਤੇ ਗਏ ਨੇ। ਇਹਨੂੰ ਮੈਂ ਹੱਥ ਲਾ ਰਿਹਾ ਵਾਂ ਅਤੇ ਮੈਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਮੈਂ ਉਸੇ ਵਕਤ ਵਿੱਚ ਪਹੁੰਚ ਗਿਆ ਵਾਂ। ਜਿਸ ਤਰ੍ਹਾਂ ਉਹ ਇਹਨੂੰ ਇਹ ਥੱਲੇ ਦੱਬਿਆ ਬੜਾ ਗਿਆ, ਇਹ ਮਾਇਆ 8-8 ਫੁੱਟ ਮਿੱਟੀ ਪੈ ਗਈ, ਬੜੀ ਔਖੂ ਤੱਕ ਚੌੜਾ। ਅੱਛਾ, ਦੱਬਿਆ ਬੜਾ ਗਿਆ ਜਿਵੇਂ ਜੀ। ਬਾਬਾ ਜੀ ਦੱਸ ਰਹੇ ਨੇ ਸਾਨੂੰ ਕਿ ਜ਼ਮੀਨ ਦੇ ਵਿੱਚ ਬਹੁਤ ਸਾਰਾ ਥੱਲੇ ਦੱਬਿਆ ਗਿਆ ਵਾ, ਕੋਈ 8-8 ਫੁੱਟ ਪੈ ਗਈ ਹੋਣੀ ਮਿੱਟੀ। 8-6 ਫੁੱਟ ਪਾਈ ਇਹ ਮਿੱਟੀ ਪਾ ਪਰ ਉੱਚਾ ਕਿਤੇ। ਅੱਛਾ, ਬਾਹਰ ਨਿਕਲਦਾ। ਬੜੀ ਗੱਲ ਆ ਜੀ, ਇੰਨੀ ਇੰਨੀ ਮਿੱਟੀ ਪਾਈ ਇਹਦੇ ਵਿੱਚ। ਦੇਖ ਲਓ ਕਿ ਅੱਜ ਵੀ ਇਹ ਨਿਸ਼ਾਨੀ ਇੱਥੇ ਮੌਜੂਦ ਆ। ਅੱਜ ਵੀ ਹਿੰਦੂਆਂ ਦੀ ਨਿਸ਼ਾਨੀ, ਹਿੰਦੂਆਂ ਦੀ ਦੇਖ ਲਓ ਅੱਜ ਵੀ ਨਿਸ਼ਾਨੀ ਮੌਜੂਦ ਆ। ਹਾਂਜੀ, ਕਿੰਨੇ ਸਾਲ ਪਹਿਲਾਂ 47 ਵਿੱਚ ਗਏ ਸੀ। ਹਾਂਜੀ, 47 ਜਦੋਂ ਵੰਡ ਪਈ ਆ ਉਦੋਂ ਗਏ ਨੇ, ਅਤੇ ਉਸ ਤੋਂ ਬਾਅਦ ਦੇਖ ਲਓ ਇਹ ਦਰਖਤ ਅਜੇ ਵੀ ਉਸੇ ਤਰ੍ਹਾਂ ਮੌਜੂਦ ਆ। ਅਤੇ ਬਾਬਾ ਜੀ ਨੇ ਬੜੇ ਪਿਆਰ ਨਾਲ ਬੜੀ ਮੁਹੱਬਤ ਨਾਲ ਇਸ ਦਰਖਤ ਨੂੰ ਅੱਜ ਵੀ ਉਸੇ ਤਰ੍ਹਾਂ ਹੀ ਰੱਖਿਆ ਹੋਇਆ ਵਾ। ਅਤੇ ਦੇਖ ਲਓ ਇਸ ਦਰਖਤ ਨੂੰ ਕੱਟਿਆ ਨਹੀਂ। ਸਾਡੇ ਜਿਹੜੇ ਪੜੋਸੀ ਮੁਲਕ ਭਾਰਤ ਦੇ ਲੋਕ ਨੇ, ਉਹ ਜਿਹੜੇ ਉੱਥੇ ਦੇ ਦੇਖਣ ਵਾਲੇ ਨੇ ਸਾਡੇ ਹਿੰਦੂ ਵੀਵਰਸ ਜਾਂ ਸਿੱਖ ਵੀਵਰਸ, ਉਹ ਦੇਖ ਕੇ ਵੀ ਖੁਸ਼ ਹੋਣਗੇ ਕਿ ਦੇਖ ਲਓ ਇਹ ਨਿਸ਼ਾਨੀ ਨੂੰ ਉਸੇ ਤਰ੍ਹਾਂ ਕਾਇਮ ਦਾਇਮ ਰੱਖਿਆ ਵਾ। ਇਹ ਸਾਡੇ ਲਈ ਇੱਕ ਸਮਝ ਲਓ ਕਿ ਪਾਕਿਸਤਾਨ ਵੱਲੋਂ ਇੱਕ ਇੰਡੀਆ ਨੂੰ ਇੱਕ ਪੈਗਾਮ ਆ ਮੁਹੱਬਤ ਦਾ। ਅਸੀਂ ਵੀ ਹਾਜ਼ਰ ਕਰਨੇ ਆਏ ਤਾਂ ਉਹ ਲੱਕੜ ਨਹੀਂ ਲਾਉਂਦੇ। ਸਾਡੇ ਲੋਕ ਵੀ ਆਉਂਦੇ ਨੇ ਪੱਕਾ ਜਿਹਨੂੰ ਛੇੜ ਹੋਣਾ ਉਹਦੇ ਤੁਹਾਨੂੰ ਵੀ ਕੁਝ। ਸਾਡੇ ਇੱਥੇ 5-4 ਮੁਫਤਾਂ ਹੋਈਆਂ ਨੇ 5-4 ਸਾਲਾਂ ਵਿੱਚ ਇਸ ਥਾਂ 'ਚ। ਅੱਛਾ, ਅਸੀਂ ਉਦੋਂ ਪਿੱਛੇ ਅਸੀਂ ਇਹਨੂੰ ਵੀ ਹੱਥ ਨਹੀਂ ਲਾਉਂਦੇ, ਦੇਖਿਆ ਸੁੱਕਾ ਖਲੋਤਾ ਉੱਥੇ। ਅੱਛਾ, ਸਭ ਕੁਝ ਅਸੀਂ ਵੀ ਨੇੜੇ। ਅੱਛਾ, ਯਾਨੀ ਕਿ 4-5 ਮੌਤਾਂ ਵੀ ਇੱਥੇ ਹੋ ਗਈਆਂ ਨੇ। ਅੱਛਾ, ਕਿ ਅਸੀਂ ਇਹਨੂੰ ਆਸ ਨਹੀਂ ਲਾਉਂਦੇ, ਆਸ ਕੇ ਸੁੱਕਾ ਖਲੋਤਾ ਜਾਏ ਭੰਨ ਨਾ ਲਾਏ ਵੜਨਾ ਛੱਡੀ। ਕਈ ਲੋਕ ਸਾਨੂੰ ਝੱਲੇ ਵੀ ਐਵੇਂ ਲੋਕ, ਤੁਸੀਂ ਯਾਰ ਪਠਾਣਾ ਨੂੰ ਦੇਖ ਲਓ। ਅੱਛਾ, ਤੁਸੀਂ ਫਲਾਣਿਆਂ ਨੂੰ ਦੇਖ ਲਓ, ਯਾਰ ਰਹਿਣ ਦੇ ਅਸੀਂ ਇਹਨੂੰ ਕੀ ਕਹਿੰਦਾ, ਇਹ ਪੈਸੇ ਮਸੀਤੇ ਦੇਖ ਲਓ। ਬੜੀ ਗੱਲ ਆ ਜੀ, ਅਸੀਂ ਇਹਦੇ ਪਰ ਰਹਿਣ ਦੇ ਖਲੋਤਾ ਸਾਡਾ ਕਿ ਨਹੀਂ ਲੈ। ਕਿਉਂ ਗਰਮੀਆਂ 'ਚ ਇੱਥੇ ਕਹਿੰਦੇ ਆਹ ਛਾਂ ਆ ਨਾ। ਹਾਂਜੀ, ਗਰਮੀਆਂ 'ਚ ਮੰਜੀ ਜਾ ਕੇ ਬਹਿ ਜਾਂਦੇ, ਇੱਧਰ ਬਹਿ ਜਾਂਦੇ, ਇੱਧਰ ਬਹਿ ਜਾਂਦੇ। ਬੜੀ ਗੱਲ ਆ ਜੀ, ਉਹੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਸਾਨੂੰ। ਅਸੀਂ ਸਿੱਖਾਂ ਦੇ ਮੁੰਡਿਆਂ ਦਾ, ਆਹ ਮੁੰਡੇ ਨਹੀਂ ਆ। ਹਾਂਜੀ, ਅਸੀਂ ਉਦੋਂ ਸਿੱਖਾਂ ਦੇ ਮੁੰਡਿਆਂ ਦਾ ਐਡੇ ਐਡੇ ਪੜ੍ਹਦੇ ਹੁੰਦੇ ਸੀ। ਅੱਛਾ, ਹਾਂ, ਸਕੂਲੇ ਜਾਂਦੇ ਹੁੰਦੇ ਸੀ, ਪੜ੍ਹਦੇ ਹੁੰਦੇ ਸੀ। ਦੇਖ ਲਓ ਖਤਰੀਆਂ, ਉਹ ਵੇਲਾ ਦੇਖ ਲਓ, ਭੁੱਲਦਾ ਨਹੀਂ ਹੈਗਾ ਅਜੇ ਤੱਕ ਚੇਤੇ। ਲੋਕ ਭੁਲਾ ਜਾਂਦੇ ਪਰ ਮੈਨੂੰ ਉਦੋਂ ਤੱਕ ਚੇਤੇ। ਸਾਡੇ ਇੱਥੇ ਮਾਸਟਰ ਹੁੰਦੇ ਤਾਂ ਅਸੀਂ ਇਹਨਾਂ ਨੂੰ ਫੜ ਫੜ ਕੇ ਜੂੜੇ ਰੱਖੇ ਸੀ ਉੱਤੇ, ਤਿੱਖੀ ਚਾਹ ਕਰਨਾ ਅਤੇ ਉਹਨਾਂ ਨੂੰ ਨਾ ਉਹਨੇ ਸਾਨੂੰ ਮਾਰਨਾ, ਕਿਉਂ ਕੁੱਤੇ ਦਾ ਪੁੱਤਰ ਮਾਰ ਛੱਡਣਾ ਜੀ, ਜੇ ਮਾਰ ਛੱਡਣੇ ਖਿੱਚ ਕੇ ਜੇ ਆਦਤਾਂ ਫੜਨਾ ਨੇ ਖਿੱਚੀ ਜਾਣਾ, ਸ਼ਰਾਰਤਾਂ ਕਰਨੀਆਂ, ਆਦਤਾਂ ਕਰਨੀਆਂ। ਇਹਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਮੁੱਕ ਗਈ ਜੇ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਸਾਡੇ ਚੈਨਲ ਨਦੀਮ ਵਿਰਸਾ ਵਲੋਗਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸਬਸਕ੍ਰਾਈਬ ਕਰਨ ਦਾ ਫਾਇਦਾ ਇਹ ਹੁੰਦਾ ਵਾ ਕਿ ਜਿਹੜੀ ਅਸੀਂ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਤੁਹਾਨੂੰ ਉਸੇ ਵੇਲੇ ਸਭ ਤੋਂ ਪਹਿਲੇ ਪਹੁੰਚ ਜਾਂਦੀ ਹੈ। ਹੁਣ ਸਾਨੂੰ ਇਜਾਜ਼ਤ ਦਿਓ, ਅੱਲਾ ਬੇਲੀ, ਪਾਕਿਸਤਾਨ ਜ਼ਿੰਦਾਬਾਦ।